ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਤੇ ਮੈਂ ਹਾਂ ਗਗਨ ਸ਼ੁਕਲਾ। ਮੇਰੇ ਪਿੰਡ ਦਾ ਕਾਰਵਾਂ ਅੱਜ ਪਹੁੰਚਿਆ ਉੱਚਾ ਪਿੰਡ ਸੰਘੋਲ ਵਿਖੇ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾਵਾਂਗੇ ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਕੀ ਹੈ। ਰਮਾਇਣ ਕਾਲ ਅਤੇ ਉਸ ਤੋਂ ਬਾਅਦ ਆਰੀਆ ਕਾਲ, ਇਹ ਸਾਰੇ ਮਤਲਬ ਇੱਥੇ ਤੋਂ ਪੋਟਰੀ ਰਾਹੀਂ ਜਾਂ ਉਹਦੇ ਰਾਹੀਂ ਮਤਲਬ ਆਪਣੇ ਜੋ ਥੱਲੇ ਤੋਂ ਜ਼ਮੀਨ 'ਚੋਂ ਸਿੱਕੇ ਵਗੈਰਾ ਨਿਕਲਿਆ, ਮੋਤੀ ਵਗੈਰਾ ਨਿਕਲਿਆ, ਗਹਿਣੇ ਵਗੈਰਾ ਨਿਕਲਿਆ, ਔਰ ਮੂਰਤੀਆਂ ਵੀ ਨਿਕਲੀਆਂ ਇੱਥੇ ਤੋਂ, ਜਿਹੜੀਆਂ 86-87 ਦੇ ਵਿੱਚ ਮੂਰਤੀਆਂ ਨਿਕਲੀਆਂ। 117 ਮੂਰਤੀ ਨਿਕਲੀ ਹੈ, ਜੋ ਰਾਜੇ ਮਹਾਰਾਜਿਆਂ ਦਾ ਸ਼ੌਕ ਥਾ, ਉਹ ਇਸ ਟਾਈਮ ਅਜਾਇਬ ਘਰ 'ਚ ਦਿੱਲੀ ਵੀ ਪਈ ਹੈ, ਚੰਡੀਗੜ੍ਹ ਵੀ ਪਈ ਹੈ, ਇੱਥੇ ਵੀ ਪਈ ਹੈ, ਇੱਥੇ ਵੀ ਅਜਾਇਬ ਘਰ ਹੈ। ਅਤੇ ਇੱਥੇ ਬਹੁਤ ਕੁਛ ਮਤਲਬ ਆਪਣਾ ਇਸ ਦਾ ਜਿਹੜਾ ਹੈ ਪੁਰਾਤੱਤਵ ਵਿਭਾਗ ਦਾ ਜੋ ਵੀ ਸਮਾਨ ਹੈ ਪੁਰਾਣਾ, ਉਹ ਨਿਕਲਿਆ ਵਾ। ਅਤੇ ਇਹਦਾ ਨਾਂ ਵਰਲਡ ਦੇ ਮਤਲਬ ਉੱਚੇ ਪਿੰਡ ਸੰਘੋਲ ਦਾ ਨਾਂ ਹੈ ਜਿਹੜਾ ਵਰਲਡ ਦੇ ਨਕਸ਼ੇ ਤੱਕ ਹੈ। ਸਰ, ਕਿੰਨਾ ਕੁ ਪੁਰਾਣਾ ਪਿੰਡ ਹੈ ਇਹ, ਵੱਸਦਾ ਕਿੰਨੀ ਦੇਰ ਤੋਂ ਵੱਸ ਰਿਹਾ? ਇਹ ਰੈਗੂਲਰ 5000 ਸਾਲ ਤੋਂ ਰੈਗੂਲਰ ਪਿੰਡ ਆ ਰਿਹਾ। ਕਦੇ ਵੱਸ ਗਿਆ, ਕਦੇ ਢਹਿ ਗਿਆ, ਕਦੇ ਵੱਸ ਗਿਆ, ਕਦੇ ਗਿਰ ਗਿਆ, ਕਦੇ ਨਵਾਂ ਹੋ ਗਿਆ। ਅਤੇ
ਰੈਗੂਲਰ ਇਹਦੀ 5000 ਸਾਲ ਤੋਂ ਰੈਗੂਲਿਟੀ ਚੱਲਦੀ ਹੈ, ਜੋ ਖੁਦਾਈ ਕਰਨ ਵਾਲਿਆਂ ਨੇ ਦੱਸਿਆ ਤਾਂ ਵਸ਼ਿਸ਼ਠ ਸਾਹਿਬ ਨੇ ਉਦੋਂ ਵਸ਼ਿਸ਼ਠ ਸਾਹਿਬ ਨੇ ਇਹ ਗੱਲ ਕਹੀ ਸੀ ਵੀ 5000 ਸਾਲ ਤੋਂ ਰੈਗੂਲਰ ਆ ਰਿਹਾ ਰਮਾਇਣ ਕਾਲ ਤੋਂ ਲੈ ਕੇ। ਸਰ ਇੱਥੇ ਸਭ ਤੋਂ ਵੱਧ ਕਿਹੜਾ ਕਾਲ ਆ ਜਿਹਨੇ ਇੱਥੇ ਆਪਣੀ ਜਿਹੜੀ ਉਮਰ ਹੈ ਹੰਢਾਈ ਹੈ, ਕੁਛ ਤੁਹਾਨੂੰ ਇਸ ਬਾਰੇ ਜਾਣਕਾਰੀ ਹੋਵੇ ਜੀ? ਜ਼ਿਆਦਾ ਕਿਸਨੇ ਕਿਹੜੇ ਕਾਲ ਨੇ ਪੀਰੀਅਡ ਆਪਣਾ ਬਿਤਾਇਆ ਇੱਥੇ, ਇਹਦੇ ਬਾਰੇ ਮੈਂ ਖੁਦ ਨਹੀਂ ਕਹਿ ਸਕਦਾ। ਇਹ ਤਕਰੀਬਨ ਪੁਰਾਤਤਵ ਵਿਭਾਗ ਵਾਲਾ ਹੀ ਦੱਸ ਸਕਦੇ ਹਾਂ ਵੀ ਕੀ ਕਿਹੜੇ ਮਤਲਬ ਕਾਲ ਦੀਆਂ ਜ਼ਿਆਦਾ ਮਤਲਬ ਸਾਨੂੰ ਸਪੋਰਟ ਵਗੈਰਾ ਮਿਲੇ ਆ, ਜੋ ਵੀ ਮਿਲਿਆ ਉਹੀ ਦੱਸ ਸਕਦੇ ਹਾਂ। ਮੁਗਲ ਆਏ ਸੀ ਇੱਥੇ? ਹਾਂ ਮੁਗਲ ਆਇਆ, ਮੁਗਲਾਂ ਦਾ ਮੁਗਲ ਰਹੇ ਆ, ਉਰੇ ਰਾਜ ਰਿਹਾ ਮੁਗਲਾਂ ਦਾ ਵੀ। ਕੀ ਬੁੱਧਿਜ਼ਮ ਦੇ ਕੀ ਮਿਲਿਆ ਉਰੇ, ਬੁੱਧਿਜ਼ਮ ਦਾ ਸੈਂਟਰ ਕਿਹਾ ਜਾਂਦਾ? ਬੁੱਧਿਜ਼ਮ ਦਾ ਜਿਹੜਾ ਸੈਂਟਰ ਹੈ ਉਹ ਸਾਡੇ ਸੰਘੋਲ ਦਾ ਕੇਂਦਰ ਮੰਨਿਆ ਗਿਆ। ਬੁੱਧਿਮ ਮਹਾਤਮਾ ਬੁੱਧ ਦਾ ਜਿਹੜਾ ਧਰਮ ਹੈ ਉਹ ਸੰਘੋਲ ਹੀ ਕੇਂਦਰ ਮੰਨਿਆ ਗਿਆ। ਇੱਥੇ ਲਗਭਗ 11 ਸਤੂਪ ਜਿਹੜੇ ਮਹਾਤਮਾ ਬੁੱਧ ਸਤੂਪ ਇਸ ਟਾਈਮ 2 ਨਿਕਲੇ ਹੋਏ ਆ ਅਤੇ ਧਰਤੀ ਦੇ ਵਿੱਚ 11 ਦੱਸੇ ਗਏ ਆ ਬੁੱਧ ਸਤੂਪਾਂ ਵਾਲੇ ਨਹੀਂ। ਮਤਲਬ ਉਹਦੀ ਜਿਹੜੀ ਚਾਈਨਾ ਦੇ ਵਿੱਚ ਚਾਈਨੀਜ਼ 'ਚ ਕੋਈ ਟੂਰਿਸਟ ਆਇਆ ਤਾਂ ਬਹੁਤ ਪਹਿਲਾਂ ਇੱਥੇ ਸੰਘੋਲ ਸੰਘੋਲ ਚਾਈਨੀਜ਼ 'ਚ ਆਇਆ ਤਾਂ ਉਸ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਵਾ ਵੀ ਇੱਥੇ ਸੰਘੋਲ ਮਹਾਤਮਾ ਬੁੱਧ ਦਾ ਧਰਮ ਦਾ ਕੇਂਦਰ ਹੈ, ਸਤਲੁਜ ਦਰਿਆ ਦੇ ਕਿਨਾਰੇ 'ਤੇ, ਅਤੇ ਜਿਹੜਾ ਕਿ ਮਤਲਬ ਇੱਥੇ ਬੁੱਧ ਸਤੂਪਾਂ ਦਾ 11 ਵੱਧ ਜ਼ਿਆਦਾ ਤੋਂ ਜ਼ਿਆਦਾ ਧਰਮ ਹੈ ਜਿਹੜਾ ਮਹਾਤਮਾ ਬੁੱਧ ਦਾ ਉਹ ਉੱਚਾਪਨ ਸੰਘੋਲ ਹੈ, ਯਾਨੀ ਕਿ ਸੰਘੋਲ ਹੈ ਇਹ। ਉਸ ਟਾਈਮ ਇਸ ਪਿੰਡ ਦਾ ਨੌ ਸੰਘਰਾਲ ਥਾ। ਸੰਘੋਲ ਕਿਉਂ ਪੈ ਗਿਆ ਜੀ ਫਿਰ? ਸੰਘਰਾਲ ਤੋਂ ਬਦਲ ਕੇ ਨੌ ਵਿਗੜਦਾ ਵਿਗੜਾ ਸੰਘੋਲ ਪਿਆ। ਇਹਦਾ ਜਿਹੜਾ ਸਬੂਤ ਪਿੰਡ ਦਾ ਨੌ ਦਾ ਜਿਹੜਾ ਸਬੂਤ ਹੈ ਉਹ ਸੰਘਰਾਲ ਤੋਂ ਚੱਲਿਆ। 5000 ਸਾਲ ਪਹਿਲਾਂ ਇਸ ਪਿੰਡ ਦਾ ਨੌ ਸੰਘਰਾਲ ਥਾ। ਇਸ ਵੇਲੇ ਅਸੀਂ ਉੱਚਾ ਪਿੰਡ ਸੰਘੋਲ ਦੀ ਉਸ ਜਗ੍ਹਾ 'ਤੇ ਮੌਜੂਦ ਹਾਂ ਜਿੱਥੇ ਪੁਰਾਤਨ ਵਿਭਾਗ ਵੱਲੋਂ ਖੁਦਾਈ ਕੀਤੀ ਗਈ ਸੀ। ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਪਹਿਲਾਂ ਦਰਸ਼ਕਾਂ ਨੂੰ ਵਿਖਾਈਆਂ ਜਾਣ ਕਿ ਕਿਸ ਤਰ੍ਹਾਂ ਜਿਹੜਾ ਪੁਰਾਤਨ ਵਿਭਾਗ ਵੱਲੋਂ ਆਜ਼ਾਦੀ ਤੋਂ ਬਾਅਦ ਜਿਹੜੀ ਇੱਥੇ 2 ਵਾਰ ਜਿਹੜੀ ਖੁਦਾਈ ਕੀਤੀ ਗਈ ਹੈ। ਤਸਵੀਰਾਂ 'ਚ ਤੁਸੀਂ ਆਪਣੇ ਦੇਖ ਪਾ ਰਹੇ ਹੋ ਕਿ ਜਿਹੜੀ ਪੁਰਾਤਨ ਵਿਭਾਗ ਵੱਲੋਂ ਖੁਦਾਈ ਕਰਕੇ ਜਿਹੜੇ ਵੱਖ ਵੱਖ ਕਾਲ ਸੀਗੇ, ਲਗਭਗ 5000 ਸਾਲ ਤੋਂ ਜਿਹੜਾ ਇਹ ਪਿੰਡ ਉੱਜੜਦਾ ਅਤੇ ਵੱਸਦਾ ਰਿਹਾ, ਸੋ ਉਹਦੇ ਜਿਹੜੇ ਵਿਸ਼ੇਸ਼ ਸੀਗੇ ਉਹ ਇੱਥੋਂ ਮਿਲੇ ਨੇ। ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਖੁਦਾਈ ਤੋਂ ਬਾਅਦ ਜਿਹੜਾ ਇੱਥੇ ਵੱਖ ਵੱਖ ਕਾਲਾਂ ਦਾ ਹੜੱਪਾ ਸੱਭਿਅਤਾ, ਦ੍ਰਾਵਿੜ, ਮੁਗਲ ਕਾਲ, ਹੋਰ ਬਹੁਤ ਸਾਰੇ ਕਾਲ ਨੇ ਜਿਹੜੇ ਇੱਥੋਂ ਜਿਨ੍ਹਾਂ ਦੇ ਹੋਣ ਦੇ ਪਰਿਣਾਮ ਸਬੂਤ ਜਿਹੜੇ ਮਿਲੇ ਨੇ। ਸੋ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਰਸ਼ਕਾਂ ਨੂੰ ਵਿਖਾਈਆਂ ਜਾਣ ਇਸ ਵੇਲੇ। ਸੋ ਵੱਡੀ ਇਤਿਹਾਸ ਦੇ ਨਾਲ ਜਿਹੜੀਆਂ ਜੁੜੀਆਂ ਇਹ ਤਸਵੀਰਾਂ ਨੇ, ਬੜਾ ਲਾਜ਼ਮੀ ਹੈ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੋਣਾ ਕਿ ਕਿਸ ਤਰ੍ਹਾਂ ਦਾ ਜਿਹੜਾ ਸਾਡਾ ਇਤਿਹਾਸ ਰਿਹਾ, ਕਿਹੜੀ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਸ ਵੇਲੇ ਇਸ ਖੁਦਾਈ ਤੋਂ ਪੁਰਾਤਨ ਵਿਭਾਗ ਵੱਲੋਂ ਜਿਹੜੀਆਂ ਮਿਲੀਆਂ। ਆਜ਼ਾਦ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੀ 2 ਵਾਰ ਉੱਚਾ ਪਿੰਡ ਸੰਘੋਲ ਜੋ ਕਿ ਸੰਘੋਲ ਪਿੰਡ ਦੀ ਖੁਦਾਈ ਹੋਈ ਆ, ਉਸ ਦੇ ਵਿੱਚ ਜਿਹੜੀਆਂ 2 ਵਾਰ ਜਿਹੜੀ ਖੁਦਾਈ ਹੋਣ ਤੋਂ ਬਾਅਦ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਿੱਕੇ, ਬਰਤਨ, ਗਹਿਣੇ, ਮੂਰਤੀਆਂ, ਹੋਰ ਬਹੁਤ ਤਰ੍ਹਾਂ ਦਾ ਸਮਾਨ ਹੈ ਜਿਹੜਾ ਖੁਦਾਈ ਤੋਂ ਬਾਅਦ ਮਿਲਿਆ। ਸੋ ਵੱਡੀ ਗੱਲ ਹੈ ਆਪਣੇ ਦਰਸ਼ਕਾਂ ਨੂੰ ਇਹ ਆਪਣੇ ਜਿਹੜੀ ਜਾਣਕਾਰੀ ਹੋਣਾ ਬਹੁਤ ਬੇਹੱਦ ਲਾਜ਼ਮੀ ਹੈ ਤਾਂ ਕਿ ਜਿਹੜੇ ਅੱਜ ਦੀ ਪੀੜ੍ਹੀ ਹੈ ਉਸ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੋਵੇ।
ਇਸ ਵੇਲੇ ਮੇਰੇ ਨਾਲ ਤੇਜਾ ਸਿੰਘ ਜੀ ਨੇ ਜੋ ਕਿ ਪੁਰਾਤਨ ਵਿਭਾਗ ਦੇ ਦਫ਼ਤਰ ਵਿੱਚ ਸੰਨ 1968 ਤੋਂ ਕੰਮ ਕਰ ਰਹੇ ਨੇ। ਇਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ। ਜਨਾਬ, ਬੜੇ ਇਤਿਹਾਸਿਕ ਪਿੰਡ 'ਚ ਰਹਿੰਦੇ ਹੋ, 1968 ਤੋਂ ਇੱਥੇ ਇਸ ਪੁਰਾਤਨ ਵਿਭਾਗ ਦੇ ਦਫ਼ਤਰ 'ਚ ਨੌਕਰੀ ਕਰ ਰਹੇ ਹੋ, ਕਿਹੜੇ ਕਿਹੜੇ ਕਾਲ ਇੱਥੇ ਕੀ ਨਿਕਲਿਆ, ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਨਿਕਲਿਆ ਸੀਗਾ ਇੱਥੇ? ਇੱਥੇ 5,500 ਸਾਲ ਤੱਕ ਦੀ ਸਭਿਅਤਾ ਮੁਗਲ ਕਾਲ ਤੋਂ ਲੈ ਕੇ 5,500 ਸਾਲ ਪੁਰਾਣੇ ਜਿਹੜੇ ਦਰਾਵਿੜ ਲੋਕ ਹੁੰਦੇ ਸੀ, ਆਦਿਵਾਸੀ ਲੋਕ, ਉਹਨਾਂ ਦੀ ਸਭਿਅਤਾ ਸਨ। ਦਰਾਵਿੜ ਲੋਕਾਂ ਨੂੰ ਆਦਿਵਾਸੀ ਲੋਕ ਕਿਹਾ ਜਾਂਦਾ ਸੀ। ਇਹ ਜਿਹੜਾ ਆਪਣਾ ਰਾਸ਼ਟਰੀ ਗੀਤ ਬਣਿਆ, ਇਹ ਕਿਸੇ ਨੇ ਸੋਚ ਸਮਝ ਕੇ ਬਣਾਇਆ, ਦਰਾਵਿੜ ਉਤਕਲ ਬੰਗਾ। ਇਹ ਦਰਾਵਿੜਾਂ ਦਾ ਦੇਸ਼ ਸੀਗਾ ਜਿਨ੍ਹਾਂ 'ਤੇ ਆ ਕੇ ਆਰੀਆ ਲੋਕਾਂ ਨੇ ਅਟੈਕ ਕੀਤੇ। ਸਭ ਤੋਂ ਪਹਿਲਾਂ ਖੁਦਾਈ ਕਦੋਂ ਸ਼ੁਰੂ ਹੋਈ ਸੀ? ਇਹ 1968 ਦੇ ਵਿੱਚ। ਕਿੰਨੀ ਵਾਰ ਖੁਦਾਈ ਹੋਈ ਹੈ? ਜਿਹੜੇ ਮੇਰੇ ਗੁਰੂ ਜੀ ਸੀਗੇ, ਉਸਤਾਦ ਜੀ, ਉਹ ਰਾਜਸਥਾਨ ਦੇ ਸੀ, ਆਰ ਐਸ ਬਿਸ਼ਟ, ਉਹ ਆਲ ਇੰਡੀਆ ਡਾਇਰੈਕਟਰ ਰਹੇ, ਅਤੇ ਮੈਂ ਉਦੋਂ 5ਵੀਂ ਜਮਾਤ ਪਾਸ ਕੀਤੀ ਸੀ। ਅਤੇ ਉਹ ਮੈਨੂੰ ਹਰਦਮ ਨਾਲੇ ਰੱਖਦੇ ਸੀਗੇ ਵੀ ਇਹ ਗੱਲ ਸਮਝਦਾ ਵੀ ਹੈ, ਫੜਦਾ ਵੀ ਹੈ ਵੀ। ਫਿਰ ਉਹ ਇਸ ਕਰਕੇ ਮੈਨੂੰ ਇਸ ਪਾਸੇ ਦਿਲਚਸਪੀ ਹੋ ਗਈ। ਹੋਰ ਵੱਡੇ ਵੱਡੇ ਸਕੋਲਰ ਆਏ ਜਿਵੇਂ ਸਾਡੇ ਜੀ ਵੀ ਸ਼ਰਮਾ ਜੀ, ਪੰਜਾਬ ਦੇ ਸਕੋਲਰ, ਸਭ ਤੋਂ ਵੱਡੇ ਪੰਜਾਬ ਦੇ ਸਕੋਲਰ ਹੋਏ ਆ ਜੀ ਵੀ ਸ਼ਰਮਾ ਜੀ, ਗੰਗਾ ਬੇਸਨ। ਉਹਨਾਂ ਨੇ ਏਅਰਫੋਰਸ 'ਚ ਸੀਗੇ, ਉਹਨਾਂ ਨੇ ਲਿਖਿਆ ਸੀਗਾ ਵੀ ਪੰਜਾਬ ਦੇ ਵਿੱਚ ਜਿਹੜਾ ਸੰਘੋਲ ਪਿੰਡ ਆ ਉਹਦੀ ਖੁਦਾਈ ਹੋਣੀ ਚਾਹੀਦੀ ਹੈ। ਉਹ ਬੱਚਿਆਂ ਕੋਲੋਂ ਸਿੱਕੇ ਵਗੈਰਾ ਇਕੱਠੇ ਕਰ ਲੈਂਦੇ ਸੀ, ਕਿਸੇ ਨੂੰ ਦਵਾਨੀ ਦੇ, ਕਿਸੇ ਨੂੰ ਦਮੜੀ ਦੇ, ਇਸ ਤਰ੍ਹਾਂ ਉਹ ਕਿਸੇ ਨੂੰ ਟੋਫੀ ਦੇ, ਇਸ ਤਰ੍ਹਾਂ ਸਿੱਕੇ ਇਕੱਠੇ ਕਰਦੇ ਰਹਿੰਦੇ ਸੀ। ਉਹਨੂੰ ਦਮੜੀਆਂ ਵਾਲੀ ਕਹਿਣ ਲੱਗੇ ਤੇ ਬੱਚੇ ਵੀ। ਕਿਹੜੇ ਕਿਹੜੇ ਕਾਲ ਸਭ ਤੋਂ ਪਹਿਲਾਂ ਖੁਦਾਈ ਦੇ ਵਿੱਚ ਕਿਹੜੇ ਕਾਲ ਦੇ ਇੱਥੇ ਪਰਿਣਾਮ ਸਬੂਤ ਮਿਲੇ ਸੀ? ਪਹਿਲਾਂ ਤਾਂ ਸਾਨੂੰ ਜਿਹੜੀ ਸਾਡੀ 1 ਨੰਬਰ ਸਾਈਡ ਹੈ ਉੱਥੇ ਕਿਸਾਨ ਕਾਲ ਦੇ ਮਿਲੇ ਹੈ। ਅਸੀਂ ਫਿਰ ਹੋਰ ਕਈ ਜਗ੍ਹਾ ਖੁਦਾਈ ਕੀਤੀ ਪਿੰਡ ਦੇ ਵਿੱਚ ਵੀ। ਜਿਹੜੀ ਸਾਡੀ 2 ਨੰਬਰ ਸਾਈਡ ਹੈ ਉੱਥੇ ਸਾਨੂੰ 5,500 ਸਾਲ ਪੁਰਾਣੀ ਸਭਿਅਤਾ ਮਿਲੀ ਹੈ। ਕਿਹੜੀ ਸਭਿਅਤਾ ਜੀ? ਦਰਾਵੜ, ਦਰਾਵੜਾਂ ਦੀ। ਅਤੇ ਇਹ ਲਗਾਤਾਰ ਚੱਲਦੇ ਚਲੇ ਆਏ। ਉਹਨਾਂ ਤੋਂ ਬਾਅਦ ਫਿਰ ਆਰੀਆ ਲੋਕ ਟਿੱਕ ਗਏ ਇੱਥੇ, ਉਹਨਾਂ ਦੇ ਉੱਪਰਲੇ ਪਾਸੇ, ਉਹਨਾਂ ਨੂੰ ਤਹਿਸ ਨਹਿਸ ਕਰਿਆ ਅਤੇ ਉਹਨਾਂ ਦੇ ਢਾਗ ਤੋੜ ਮਰੋੜ ਕੇ ਆਪਣੇ ਵਸੀਂਦਾ ਹੋ ਗਏ। ਉਹਨਾਂ ਤੋਂ ਬਾਅਦ ਫਿਰ ਜਿਹੜੇ ਮੋਰੀਆ ਕਾਲ ਦੇ ਆਏ, ਉਹਨਾਂ ਨੇ ਆਪਣਾ ਚਲਾ ਦਿੱਤਾ। ਇਹ ਜਿਹੜੀ ਜਗ੍ਹਾ ਹੁਣ ਤੁਸੀਂ ਦੇਖ ਕੇ ਆਏ ਹੋ, ਇਹ ਆਰੀਆ ਕਾਲ ਤੋਂ, ਇਸ ਖੁਦਾਈ ਦੇ ਵਿੱਚ ਆਰੀਆ ਤੋਂ ਮੋਰੀਆ ਕਾਲ ਦੇ, ਆਰੀਆ ਦੀ ਨਹੀਂ ਹੈ ਇੱਥੇ, ਮੋਰੀਆ ਕਾਲ ਦੀ। ਫਿਰ ਇਹ ਜਿਹੜੇ ਮੱਠ ਹੈ, ਇਹ ਮੱਠ ਜਿਹੜੇ ਪੰਜਾਬ ਦੇ ਵਿੱਚ ਦੱਸੇ ਸੀ ਹੋਮ ਸੰਘ ਯਾਤਰੀ ਨੇ, ਉਹ ਇਹ ਸੰਘੋਲ ਪਿੰਡੇ ਆ ਵੀ ਜਿੱਥੇ ਉਹਨੇ ਮੱਠ ਦੇਖੇ। ਕਿਉਂ? ਕਈ ਮੱਠ ਤਾਂ ਲੋਕਾਂ ਨੇ ਬਰਬਾਦ ਕਰਤੇ ਚੋਰੀ ਚੋਰੀ, ਵੀ ਕਿਤੇ ਗੌਰਮੈਂਟ ਸਾਡੀ ਜਗ੍ਹਾ ਨਾ ਦਬਲਵੇ। ਅੱਛਾ, ਜਿਹੜੀ ਉਹ 2 ਨੰਬਰ ਸਾਈਡ, 11 ਨੰਬਰ ਸਾਈਡ ਹੈ, ਉਹ ਇਹਨਾਂ ਦੀ ਹੋ ਸੀਗੀ। ਉਹ ਜ਼ਿਮੀਦਾਰ ਨੂੰ ਬੰਦ ਕੀਤਾ, ਮਹਾਂ ਵੀ ਤੂੰ ਹਲ ਬੰਦ ਕਰ ਯਾਰ। ਉਹ ਮੈਨੂੰ ਕਹਿੰਦਾ ਵੀ ਇੱਥੇ ਮੇਰੇ ਹਲ 'ਚ ਕੋਈ ਫਸ ਜਾਂਦਾ। ਮਹਾਂ ਤੂੰ, ਜਦ ਮੈਂ ਉਹ ਦੇਖੀ, ਉਹ ਹਾਫ ਪੱਥਰ ਦੀ ਵੀ ਟੁੱਟੀ ਹੋਈ ਮੂਰਤੀ ਸੀਗੀ। ਮਹਾਂ ਤੇਰੇ ਬਾਅਦ ਪੱਥਰ ਹੈ, ਸਾਡੇ ਬਾਅਦ ਬੜੀ ਤਕੜੀ ਚੀਜ਼ ਹੈ, ਵੀ ਤੂੰ ਬੰਦ ਕਰ। ਅਤੇ ਮੈਂ ਜੀ ਵੀ ਸ਼ਰਮਾ ਜੀ ਨਾਲ ਗੱਲ ਕੀਤੀ, ਫਿਰ 1983 ਦੇ ਵਿੱਚ ਉਹਦੀ ਖੁਦਾਈ ਕਰਾਈ ਹੈ ਜੀ, ਦੁਬਾਰਾ ਸ਼ੁਰੂ ਹੋਈ ਫਿਰ। ਹਾਂਜੀ, ਉਹ ਜਿਹੜੀ 11 ਨੰਬਰ ਸਾਈਡ ਆ ਸਾਡੀ ਰੋਡ ਦੇ ਉੱਤੇ। ਹਾਂਜੀ, ਕਿਹੜੀ ਕਿਹੜੀ ਚੀਜ਼ਾਂ ਕਿਹੜੀਆਂ ਕਿਹੜੀਆਂ ਨਿਕਲੀਆਂ? ਜ਼ਿਆਦਾਤਰ ਸਹਿਣ ਜ਼ਿਆਦਾ ਕਿਹੜਾ ਕਾਲ ਆ ਜਿਹੜਾ ਇੱਥੇ ਕਿਹੜੇ ਲੋਕਾਂ ਨੇ ਜ਼ਿਆਦਾ ਸਮਾਂ? ਜ਼ਿਆਦਾਤਰ 1700 ਸਾਲ ਤੋਂ ਲੈ ਕੇ
ਢਾਈ ਹਜ਼ਾਰ ਸਾਲ ਤੱਕ ਦੀ ਸਭ ਤੋਂ ਬਹੁਤ ਤਕੜੀ ਰਹੀ ਆ। ਕਿਹੜਾ ਕੌਣ ਲੋਕ ਸੀਗੇ ਉਹ? ਕਲਿਸ਼ਕ ਆਇਆ, ਰਾਜਾ ਹਰਸ਼ਵਰਧਨ ਆਇਆ, ਇਹਨਾਂ ਨੇ ਪ੍ਰਫੁੱਲਿਤ ਕੀਤਾ ਹੈ ਇਹ ਸੰਗੋਲ ਪਿੰਡ। ਉਹਨਾਂ ਨੇ ਇਹ ਮੱਠ ਬਣਾਏ ਆ, ਜਿਹੜੇ ਮੱਠ ਬਣਾਏ ਆ ਉਹਨਾਂ ਨੇ ਬਣਾਏ। ਮੱਠ ਕਿਹਨਾਂ ਦੀ? ਮੱਠ ਬੋਧੀਆਂ ਦੇ, ਬੁੱਧ ਮਤ ਨੂੰ ਅਪਣਾਇਆ ਨਾ, ਜਿਵੇਂ ਅਸ਼ੋਕ ਨੇ ਬੁੱਧ ਮਤ ਨੂੰ ਅਪਣਾਇਆ ਸੀ ਉਸੇ ਤਰ੍ਹਾਂ ਇਹਨੇ ਕਨਿਸ਼ਕ ਨੇ ਵੀ ਅਤੇ ਰਾਜਾ ਹਰਸ਼ਵਰਧਨ ਨੇ ਵੀ, ਹੋਰ ਜਿਹੜੇ ਕਈ ਰਾਜੇ ਹੋਏ ਉਹਨਾਂ ਨੇ ਵੀ ਬੁੱਧ ਮਤ ਨੂੰ ਹੁੰਗਾਰਾ ਦਿੱਤਾ। ਮਿਲਦਾ ਕੀ ਖੁਦਾਈ ਦੌਰਾਨ ਕੀ ਕੀ ਚੀਜ਼ਾਂ ਮਿਲੀਆਂ? ਸਿੱਕੇ ਮਿਲਦੇ ਆ ਉਸ ਟਾਈਮ ਦੇ, ਉਸ ਟਾਈਮ ਦੇ ਬਰਤਨ ਮਿਲਦੇ ਆ, ਅਲੱਗ ਅਲੱਗ ਸਮੇਂ ਦੇ ਅਲੱਗ ਅਲੱਗ ਬਰਤਨ ਮਿਲਦੇ ਆ। ਮੁਗਲ ਕਿੰਨੀ ਦੇਰ ਰੁਕੇ ਆ ਇਸ ਜਗ੍ਹਾ? ਮੁਗਲ ਇੱਥੇ 200 ਸਾਲ ਰੁਕੇ, 200 ਸਾਲ ਰੁਕੇ ਆ, ਜਿਨ੍ਹਾਂ ਦੇ ਸ਼ਾਹਜਹਾਨ ਹੋਇਆ ਉਹ ਵੀ ਇੱਥੇ ਰਾਜ ਕਰਕੇ ਗਿਆ ਜੀ। ਉਹਨਾਂ ਦੇ ਚਾਂਦੀ ਦੇ ਸਿੱਕੇ ਮਿਲੇ ਇੱਕ ਦੋ। ਹਾਂਜੀ, ਔਰ ਇਸ ਤੋਂ ਇਲਾਵਾ ਹੋਰ ਕਿਹੜਾ ਕਾਲ ਹੈ ਜਿਹੜਾ ਸਭ ਤੋਂ ਵੱਧ ਰੁਕਿਆ ਹੋਵੇ? ਨਹੀਂ, ਇਹੀ ਕਾਲ ਜਿਹਦਾ ਜਿਹੜਾ 2500 ਸਾਲ ਪੁਰਾਣਾ ਕਿਸਾਨ ਕਾਲ, ਇਹ ਜ਼ਿਆਦਾ ਰੁਕਿਆ। ਮੂਰਤੀਆਂ ਕਿਸ ਕਾਲ ਦੀਆਂ ਮਿਲੀਆਂ ਸੀਗੀਆਂ? ਉਹ 2500 ਸਾਲ ਪੁਰਾਣੀਆਂ ਮਿਲੀਆਂ, ਕਿਸਾਨ ਕਾਲ ਦੀਆਂ ਮਿਲੀਆਂ। ਗਹਿਣੇ ਵੀ ਮਿਲਦੇ ਆ? ਗਹਿਣੇ ਵੀ ਮਿਲਦੇ। ਉਹ ਕਿਹੜੇ ਕਾਲ ਦੇ? ਗਹਿਣੇ ਤਾਂ ਅਲੱਗ ਅਲੱਗ ਸਮੇਂ 'ਚ ਮਿਲੇ ਆ ਨਾ, ਹੁਣ ਇਹ 4000 ਸਾਲ ਪੁਰਾਣੇ ਮੈਨੂੰ ਦਰਾਵੜਾਂ ਦੇ ਵੀ ਮਿਲੇ ਆ, ਉਹ ਮਣਕੇ ਉਹ, ਅਤੇ ਹੋਰ ਸਮੇਂ ਸਮੇਂ ਦੇ ਨਾਲ ਜਿਹੜੇ ਵਰਤਦੇ ਸੀਗੇ ਉਹਨੇ ਮਿਲੇ। ਇਸ ਵੇਲੇ ਪੁਰਾਤਨ ਵਿਭਾਗ ਵੱਲੋਂ ਕੀਤੀ ਖੁਦਾਈ 'ਚ ਮਿਲੇ ਜਿਹੜੇ ਸਬੂਤ ਨੇ ਬੁੱਧਿਜ਼ਮ ਨਾਲ ਸੰਬੰਧਿਤ, ਉਹ ਸਤੂਪ, ਉਹ ਮੱਠ ਤਸਵੀਰਾਂ 'ਚ ਤੁਸੀਂ ਦੇਖ ਪਾ ਰਹੇ ਹੋ, ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਪੈਨ ਕਰਕੇ ਵਿਖਾਈਆਂ ਜਾਣ, ਇਹ ਸਤੂਪ, ਇਹ ਮੱਠ ਬੁੱਧਿਜ਼ਮ ਦੇ ਇੱਥੇ ਹੋਣ ਦਾ ਜਿਹੜਾ ਸਬੂਤ ਪੇਸ਼ ਕਰਦੇ ਨੇ। ਖੁਦਾਈ ਦੌਰਾਨ ਜਿਹੜੇ ਸਬੂਤ ਮਿਲੇ ਨੇ ਬੁੱਧਿਜ਼ਮ ਦੇ ਨਾਲ ਸੰਬੰਧਿਤ, ਇਹ ਸਤੂਪ, ਇਹ ਮੱਠ ਜਿਹੜੇ ਕਿ ਪੁਰਾਤਨ ਵਿਭਾਗ ਵੱਲੋਂ ਕੀਤੀ ਖੁਦਾਈ ਦੇ ਵਿੱਚ ਇੱਥੇ ਮਿਲੇ ਨੇ। ਜਾਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ, ਸਭ ਤੋਂ ਵੱਧ ਸਮਾਂ ਜਿਹੜਾ ਬੁੱਧਿਜ਼ਮ ਦੇ ਲੋਕ ਨੇ ਉਹਨਾਂ ਨੇ ਹੀ ਇੱਥੇ ਬਿਤਾਇਆ। ਸੋ ਉਹਨਾਂ ਦੇ ਨਾਲ ਸੰਬੰਧਿਤ ਇਹ ਸਤੂਪ, ਇਹ ਮੱਠ ਜਿਹੜੇ ਕਿ ਖੁਦਾਈ ਦੌਰਾਨ ਮਿਲੇ ਨੇ ਬੁੱਧਿਜ਼ਮ ਦੇ ਇੱਥੇ ਹੁਣ ਦਾ ਸਬੂਤ ਪੇਸ਼ ਕਰਦੇ ਨੇ। ਸੋ ਤਸਵੀਰਾਂ 'ਚ ਤੁਸੀਂ ਵੇਖ ਪਾ ਰਹੇ ਹੋ ਬੁੱਧਿਜ਼ਮ ਦੇ ਨਾਲ ਸੰਬੰਧਿਤ ਇਹ ਸਤੂਫ, ਇਹ ਮੱਠ ਬੁੱਧਿਜ਼ਮ ਦੇ ਇੱਥੇ ਹੋਣ ਦਾ ਸਬੂਤ ਪੇਸ਼ ਕਰਦੇ ਨੇ। ਸੰਘੋਲ ਪਿੰਡ ਦੇ ਵਿੱਚ ਬੁੱਧਿਜ਼ਮ ਦੇ ਨਾਲ ਸੰਬੰਧਿਤ ਕਈ ਸਤੂਫ ਮੱਠ ਮਿਲੇ ਨੇ, ਇਹਨਾਂ ਮੱਠਾਂ ਦੇ ਬਾਰੇ ਹੋਰ ਗੱਲਬਾਤ ਕਰ ਲੈਂਦੇ ਹਾਂ, ਹੋਰ ਜਾਣਕਾਰੀ ਲੈ ਲੈਂਦੇ ਹਾਂ। ਸਰ, ਇਹ ਮੱਠ ਕੀ ਨੇ? ਛੋਟੇ ਛੋਟੇ ਖਾਨੇ ਬਣੇ ਹੋਏ ਨੇ, ਇਹ ਥੋੜ੍ਹਾ ਸਾਈਜ਼ 'ਚ ਉੱਪਰ ਬਣ ਕੇ, ਇਹ ਕਿ ਮੱਠਾਂ ਵਾ ਹੈ ਕੀ ਨੇ ਮੱਠ? ਇਹ ਜਿਹੜੇ ਮੱਠ ਬਣਾਏ ਹੋਏ ਨੇ, ਇਹ ਮੱਠਾਂ ਦਾ ਮਤਲਬ ਹੈ ਇੱਥੇ ਜਿਹੜੇ ਭਿਕਸ਼ੂ ਲੋਕ ਥੇ ਮਹਾਤਮਾ ਬੁੱਧ ਦੇ ਧਰਮ ਨੂੰ ਮੰਨਣ ਵਾਲੇ, ਅਤੇ ਮਹਾਤਮਾ ਬੁੱਧ ਦੇ ਜੋ ਭਿਕਸ਼ੂ ਥੇ ਉਹ ਮਤਲਬ ਇੱਥੇ ਬੈਠ ਕੇ ਆਪਣੇ ਪਾਠ ਪੂਜਾ ਵਗੈਰਾ, ਜਿਕਣਾ ਆਪਾਂ ਨਿਤਨੇਮ ਵਗੈਰਾ ਕਰਦੇ ਹਾਂ, ਪਾਠ ਪੂਜਾ ਵਗੈਰਾ ਕਰਨ ਦਾ ਇਹ ਸਥਾਨ ਹੈ ਤਕਰੀਬਨ ਇਹਨਾਂ ਦਾ। ਜਿਵੇਂ ਆਹ ਇਹ ਇਸ ਜਗ੍ਹਾ ਬੈਠ ਕੇ, ਜਿਵੇਂ ਛੋਟੇ ਛੋਟੇ ਜਗ੍ਹਾ ਜਿਹੜੇ ਹੈ ਇਹਨਾਂ ਦੇ ਵਿੱਚ ਬੈਠ ਕੇ ਪਾਠ ਪੂਜਾ ਕਰਨ ਦਾ ਸਥਾਨ ਹੈ। ਸਾਡੇ ਆਪਣੇ ਵਿਚਾਰ ਦੇ ਵਿੱਚ ਹੈ ਵੀ ਇਹ ਪਾਠ ਪੂਜਾ ਦਾ ਹੀ ਸਥਾਨ ਹੈ, ਅਤੇ ਹੋਰ ਦੂਸਰਾ ਇਹਦਾ ਕੋਈ ਨਜ਼ਰ ਨਹੀਂ ਆਉਂਦਾ ਹੈਗਾ। ਜਿਹੜੇ ਛੋਟੇ ਛੋਟੇ ਖਾਨੇ ਅਲੱਗ ਤੋਂ ਇਸ ਸਾਈਜ਼ ਦੇ ਬਣੇ ਹੋਏ ਨੇ, ਇਹ ਜਿਹੜੇ ਛੋਟੇ ਛੋਟੇ ਇਹ ਵੀ ਮਤਲਬ ਆਪਣੇ ਜਿਹੜੇ ਹੈ ਕਮਰੇ ਬਣਾਏ ਪਏ ਆ, ਜਿਹੜੇ ਇੱਥੇ ਭਿਕਸ਼ੂ ਰਹਿੰਦੇ ਆ ਉਹਨਾਂ ਦੇ ਆਪਣੇ ਵਿਸ਼ਰਾਮ ਕਰਨ ਦਾ ਹੀ ਸਥਾਨ ਹੋ ਸਕਦਾ ਹੈ। ਲੇਕਿਨ ਜਿਹੜਾ ਪਾਠ ਪੂਜਾ ਦਾ ਸਥਾਨ ਆ ਉਹ ਇਹ ਜਿਹੜੇ ਛੋਟੇ ਛੋਟੇ ਖਾਨੇ ਬਣਾਏ ਪਏ ਆ ਪਾਠ ਪੂਜਾ ਦਾ, ਅਤੇ ਬਾਕੀ ਇਹ ਜਿਹੜੇ ਛੋਟੇ ਛੋਟੇ ਕਮਰੇ ਸਾਈਜ਼ ਬਣਾਏ ਪਏ ਆ ਇਹ ਇਹਨਾਂ ਦਾ ਆਪਣਾ ਵਿਸ਼ਰਾਮ ਕਰਨ ਦਾ ਰਹਿਤ
ਰਹਿਣ ਸਹਿਣ ਦਾ ਮਤਲਬ ਉਹ ਹੈਗਾ ਇਹਨਾਂ ਦਾ। ਕਿੰਨੇ ਕੁ ਹੋਰ ਮੱਠ ਹੋਣ ਦੀ ਉਮੀਦ ਹੈ ਇੱਥੇ, ਹੋਰ ਵੀ ਹੋ ਸਕਦੇ ਨੇ? ਇੱਥੇ ਮੱਠ ਤਾਂ ਹੋਰ ਹੈਗੇ, ਨਾਲ ਦੇ ਖੇਤ 'ਚ ਵੀ ਮੱਠ ਹੈ ਜਿਹੜੀ ਕਿ ਦੁਬਾਰਾ ਸਾਡੇ ਇਸ ਮੱਠ ਦੇ ਵਿੱਚ ਵੀ ਨਿਕਲੀਆਂ। ਉਹ ਪਰਲੇ ਸਾਈਡ 'ਤੇ ਮੱਠ ਹੈ ਜਿਹਦੀ ਦੀਵਾਰ ਇੱਧਰ ਵੀ ਹੈ, ਔਰ ਤੁਹਾਨੂੰ ਮੈਂ ਹੁਣ ਨਜ਼ਰ ਮਰਵਾਊਂਗਾ ਉਹਨਾਂ 'ਤੇ, ਅਤੇ ਦੋ ਤਿੰਨ ਮੱਠ ਸਰਕਾਰ ਦੀ ਨਲਾਇਕੀ ਹੈ ਕਿਤੇ ਨਾ ਕਿਤੇ, ਉਹ ਮੱਠ ਉਹ ਵੀ ਮੱਠ ਨਿਕਲ ਸਕਦੇ ਜੇ, ਕਿਉਂਕਿ ਬੜੀ ਧਰੋਹਰ ਹੈ ਇਹ ਦੇਸ਼ ਦੀ, ਮਤਲਬ ਕਈ ਸਦੀਆਂ ਜਿਹੜੀਆਂ ਕਈ ਹਜ਼ਾਰ ਕਰੀਬਨ 5,500 ਸਾਲ ਪੁਰਾਣੇ ਇਹ ਸਬੂਤ ਨੇ, ਇੱਕ ਸਰਕਾਰ ਦੀ ਨਲਾਇਕੀ ਕਿਹਾ ਜਾ ਸਕਦਾ? ਖੈਰ ਦੇਖੋ, ਮੈਂ ਨਲਾਇਕੀ ਤਾਂ ਨਹੀਂ ਕਹਿ ਸਕਦਾ, ਅਣਦੇਖੀ ਜ਼ਰੂਰ ਕਹੂੰਗਾ। ਇਹ 'ਚ ਅਣਦੇਖੀ ਹੈ, ਸਰਕਾਰ ਨੂੰ ਕਿਆ ਮਜਬੂਰੀ ਹੈ ਕਿਆ ਨਹੀਂ ਮਜਬੂਰੀ ਉਹ ਸਰਕਾਰ ਜਾਣਦੀ ਹੈ, ਲੇਕਿਨ ਖੁਦਾਈ ਨਾਲ ਦੇ ਖੇਤਾਂ 'ਚ ਵੀ ਬਣਦੀ ਹੈ, ਅਤੇ ਪੂਰਾ ਮਤਲਬ ਜਿਹੜਾ ਹੈ ਇਲਾਕਾ ਇਹ ਸਾਈਡ 'ਤੇ ਦੀਵਾਰਾਂ ਨਿਕਲਦੀਆਂ ਉਹਨਾਂ ਦਾ ਹੀ ਬਣਦਾ, ਅਤੇ ਸਰਕਾਰ ਕਿਉਂ ਨਹੀਂ ਕਰ ਰਹੀ ਇਹਦੇ ਬਾਰੇ ਸਰਕਾਰ ਕਹਿ ਸਕਦੀ ਹੈ। ਇਸ ਵੇਲੇ ਅਸੀਂ ਇਤਿਹਾਸਕ ਪਿੰਡ ਸੰਗੋਲ ਮੌਜੂਦ ਹਾਂ, ਅਤੇ ਸੰਗੋਲ ਪਿੰਡ ਦੀ ਇਤਿਹਾਸਕ ਮਹੱਤਤਾ ਕੀ ਹੈ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੁੱਧੀਜੀਵੀ ਨੇ, ਪਿੰਡ ਦੇ ਸਰਪੰਚ ਵੀ ਨੇ ਰਾਕੇਸ਼ ਕੁਮਾਰ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਡੇਲੀ ਪੋਸਟ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ, ਥੈਂਕ ਯੂ। ਜਨਾਬ, ਉੱਚਾ ਪਿੰਡ ਸੰਗੋਲ ਹੈ ਜਿਹੜਾ, ਇਹਦੀ ਇਤਿਹਾਸਕ ਮਹੱਤਤਾ ਕੀ ਹੈ, ਕਿੰਨਾ ਪੁਰਾਣਾ ਪਿੰਡ ਹੈ, ਅਤੇ ਕਿਹੜੇ ਕਿਹੜੇ ਕਾਲ ਹੈ ਜਿਹੜੇ ਇੱਥੇ ਹੋਏ ਨੇ, ਕੀ ਇਤਿਹਾਸਕ ਮਹੱਤਤਾ ਕੀ ਹੈ, ਸਾਡੇ ਦਰਸ਼ਕਾਂ ਨੂੰ ਥੋੜ੍ਹਾ ਵਿਸਤਾਰ ਸਮਝਾਓ। ਉੱਚਾ ਪਿੰਡ ਸੰਗੋਲ ਜਿਹੜਾ ਹੈ ਜੀ, ਇਹਦਾ ਜਿਹੜਾ ਅਸਲੀ ਨਾਂ ਹੈ ਇਹ ਸੰਗੋਲ ਹੈ। ਉੱਚਾ ਇਹਨੂੰ ਇਸ ਕਰਕੇ ਕਹਿੰਦੇ ਕਿ ਇਹ ਉੱਚਾਈ ਦੇ ਉੱਤੇ ਸਥਿਤ ਹੈ। ਪਤਾ ਨਹੀਂ ਕਿੰਨੀ ਕੁ ਵਾਰ ਇੱਥੇ ਕੋਈ ਭੂਚਾਲ ਵਗੈਰਾ ਆਏ ਜਾਂ ਕੋਈ ਮਿਸਹੈਪਨਿੰਗਸ ਹੋਈਆਂ, ਜਿਹਦੇ ਕਰਕੇ ਇਹ ਗਰਾਊਂਡ ਲੈਵਲ ਤੋਂ ਕਾਫੀ ਉੱਚਾਈ 'ਤੇ ਹੈ, ਇਸ ਕਰਕੇ ਇਹਨੂੰ ਉੱਚਾ ਪਿੰਡ ਕਹਿੰਦੇ ਆ। ਅਤੇ ਇਹ ਘੱਟੋ ਘੱਟ ਵੀ ਜਿਸ ਤਰ੍ਹਾਂ ਇੱਥੇ ਸਾਡੇ ਖੁਦਾਈ ਹੋਈ ਹੈ, ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਕਰੀ ਹੈ, ਅਤੇ ਪੰਜਾਬ ਆਰਕਿਓਲੋਜੀ ਡਿਪਾਰਟਮੈਂਟ ਨੇ ਵੀ ਰਲ ਕੇ ਸਾਰਿਆਂ ਨੇ ਕਰੀ ਆ, ਉਹ ਇਹ ਦੱਸਦੀ ਹੈ ਵੀ ਇਹ ਜਿਹੜਾ ਪਿੰਡ ਹੈ ਘੱਟੋ ਘੱਟ 5,000 ਸਾਲ ਪੁਰਾਣਾ ਹੈ। ਅਤੇ ਇਹ ਮੋਹਨ ਜੋਦੜੋ ਅਤੇ ਹੜੱਪਾ ਜਿਹੜਾ ਸਿਵਲਾਈਜੇਸ਼ਨ ਹੈ ਉਹਦੇ ਨਾਲ ਸੰਬੰਧਿਤ ਪਿੰਡ ਹੈ। ਇੱਥੇ ਬਹੁਤ ਕਿਸਮ ਦੇ ਜਿਹੜੇ ਹੈਗੇ ਨੇ ਇਨਵੇਡਰ ਆਏ, ਜਿਸ ਤਰ੍ਹਾਂ ਆਪਾਂ ਦਰਵੜ ਕਹਿ ਲਓ, ਮੰਗੋਲ ਪੀਪਲ ਕਹਿ ਲਓ, ਅਤੇ ਫਿਰ ਉਹ ਤੋਂ ਬਾਅਦ ਸਭ ਤੋਂ ਬਾਅਦ ਆਰੀਅਨਸ ਆਏ। ਆਰੀਅਨ ਜਿਹੜੇ ਸੀ ਉਹ ਆਪਣੇ ਆਪ ਨੂੰ ਦੱਸਦਾ ਇਤਿਹਾਸ ਕੇ ਬੜੇ ਸਟਰੋਂਗ ਸਮਝਦੇ ਸੀ, ਉਹਨਾਂ ਨੇ ਜਿਹੜੇ ਦਰਵੜ ਵਗੈਰਾ ਮੰਗੋਲ ਸੀ ਇਹ ਸਾਰੇ ਸਾਊਥ 'ਚ ਪੁਸ਼ ਕਰਤੇ, ਅਤੇ ਨੌਰਥ ਇੰਡੀਆ ਦੇ ਵਿੱਚ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ। ਖੁਦਾਈ ਦੌਰਾਨ ਕਿਹੜੀ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਮਿਲੀਆਂ ਇੱਥੇ, ਕਿਉਂਕਿ ਖੁਦਾਈ ਕਰਨ ਤੋਂ ਬਾਅਦ ਕਾਫੀ ਕੁਛ ਜਿਹੜਾ ਇੱਥੋਂ ਨਿਕਲਿਆ ਸੀਗਾ, ਕਿਹੜੀਆਂ ਕਿਹੜੀਆਂ ਵਸਤੂਆਂ ਜਿਹੜੀਆਂ ਨਿਕਲੀਆਂ ਜੀ? ਦੇਖੋ, ਜਿਹੜਾ ਖੁਦਾਈ ਕਰਨ ਦਾ ਜਿਹੜਾ ਮੋਟਿਵ ਹੁੰਦਾ ਨਾ ਡਿਪਾਰਟਮੈਂਟਸ ਦਾ, ਉਹਦਾ ਸਭ ਤੋਂ ਵੱਡਾ ਮੋਟਿਵ ਕੋਈ ਚੀਜ਼ਾਂ ਕੱਢਣੀਆਂ ਨਹੀਂ ਹੁੰਦੀਆਂ, ਉਹਨਾਂ ਦਾ ਮੋਟਿਵ ਸਿਰਫ ਇਹ ਹੁੰਦਾ ਇਸ ਨੂੰ ਲੱਭਣਾ ਕਿ ਇਹ ਕਿਹੜੇ ਪੀਰੀਅਡ ਦੇ ਨਾਲ ਕੰਸਰਨਡ ਹੈ, ਕਿੰਨਾ ਕੁ ਪੁਰਾਣਾ ਹੈ। ਸੋ ਇਸ ਹਿਸਾਬ ਨਾਲ ਜਿਹੜੀ ਉਹਨਾਂ ਨੇ ਖੁਦਾਈ ਕਰੀ ਹੈ ਉਹ ਤੋਂ ਇਹ ਪਤਾ ਲੱਗਦਾ ਕਿ ਇਹ ਜਿਹੜਾ ਹੈਗਾ ਆਰੀਅਨਸ, ਤੁਹਾਨੂੰ ਕਿਹਾ ਪਹਿਲਾਂ ਦੱਸਿਆ, ਮੰਗੋਲ, ਦਰਵੜ, ਇਹ ਸਾਰੇ ਲੋਕ ਜਿਹੜੇ ਹੈਗੇ ਨੇ ਇਸ ਆਏ ਇੱਥੇ, ਅਤੇ ਆਪਣੇ ਆਪਣੇ ਸਮੇਂ ਦੇ ਮੁਤਾਬਕ ਇੱਥੇ ਉਹਨਾਂ ਨੇ ਆਪਣੇ ਜਿਹੜਾ ਹੈ ਆਪਣੀ ਜਿਹੜੀ ਤਾਕਤ ਅਪਰੂਵ ਸੱਤਾ ਕਾਇਮ ਕਰੀ। ਆਜ਼ਾਦੀ ਤੋਂ ਬਾਅਦ ਜੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਵਾਰ ਜਿਹੜੀ ਇਸ ਪਿੰਡ ਦੀ ਖੁਦਾਈ ਹੋ ਚੁੱਕੀ ਹੈ? ਇਹਦੀ ਬਸ ਲਗਾਤਾਰ ਕੋਈ 10 ਸਾਲ ਇੱਕ ਵਾਰ ਲਗਾਤਾਰ ਹੀ ਖੁਦਾਈ ਹੋਈ ਹੈ, ਅਤੇ ਉਹ ਤੋਂ ਬਾਅਦ ਫਿਰ ਉਹ ਜਿਹੜੇ ਟ੍ਰੈਂਚ ਉਹਨਾਂ ਨੇ ਖੋਦੇ ਸੀ ਅਤੇ ਉਹਨਾਂ ਨੂੰ ਉਹ ਜਿਹੜੀ ਹੈਗੀ ਹੈ ਬੰਦ ਕਰਕੇ ਦੁਆਰਾ ਉਹ ਉਸ ਤਰ੍ਹਾਂ ਹੀ ਪ੍ਰਜ਼ਰਵ ਕਰਕੇ ਚਲੇ ਗਏ ਨੇ। ਅਤੇ ਜੋ ਜਿਹੜੇ ਦੋ ਸਤੂਪ ਨਿਕਲੇ ਨੇ, ਇੱਕ ਨੈਸ਼ਨਲ ਹਾਈਵੇ 'ਤੇ ਆ, ਇੱਕ ਪਿੰਡ ਦੇ ਨਜ਼ਦੀਕ ਹੀ ਹੈ ਪਸ਼ੂ ਹਸਪਤਾਲ ਦੇ ਕੋਲ, ਉਹ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਪ੍ਰਜ਼ਰਵ ਕਰਕੇ ਰੱਖਿਆ ਹੋਇਆ।
ਬੁੱਧਿਜ਼ਮ ਦੇ ਇੱਥੇ ਹੋਣ ਦਾ ਕਿਹੜਾ ਕਿਹੜਾ ਜਿਹੜਾ ਸਬੂਤ ਮਿਲੇ ਨੇ ਕਿਹਾ ਜਾਂਦਾ ਬੁੱਧਿਜ਼ਮ ਬਾਰੇ? ਜਿਹੜੇ ਆ ਸਤੂਪ ਨੇ ਜੀ, ਇਹ ਜਿਕਣਾ ਹੈ ਇਹ ਬੁੱਧ ਧਰਮ ਦੇ ਵੇਲੇ ਹੀ ਹੋਏ ਸੀ। ਆਪਾਂ ਨੂੰ ਪਤਾ ਰਾਂਚੀ ਸਾਂਚੀ ਦੇ ਜਿਹੜੇ ਸਤੂਪ ਨੇ ਉਹ ਬੁੱਧ ਪੀਰੀਅਡ ਨਾਲ ਹੀ ਕੰਸਰਨ ਨੇ, ਉਸ ਹੀ ਪਲਾਨਿੰਗ ਦੇ ਉੱਤੇ ਹੀ ਜਿਹੜੇ ਨੇ ਆਪਣੇ ਇਹ ਸਤੂਪ ਬਣੇ ਹੋਏ ਨੇ। ਬਾਕੀ ਸਾਡੇ ਇੱਕ ਪੰਡਿਤ ਗੰਗਾ ਭਿਸ਼ਨ ਸੀ ਹੁੰਦੇ ਸੀ, ਗੰਗਾ ਭਿਸ਼ਨ ਜੀ ਹੁੰਦੇ ਸੀ, ਉਹਨਾਂ ਨੂੰ ਹਿਊਨ ਸਾਂਗ ਦੀ ਚੀਨੀ ਇਨਵੇਡਰ ਸੀ ਜਿਹੜਾ, ਚੀਨੀ ਜਿਹੜਾ ਮਤਲਬ ਆਪਣੇ ਆਇਆ ਸੀ ਖੋਜ ਕਰਨ, ਉਹਦੀ ਕਿਤਾਬ ਲੱਭ ਗਈ ਸੀ ਇੱਕ, ਜਿਹੜੀ ਕਿ ਉਹਨਾਂ ਨੇ ਫਿਰ ਆਪਣੀ ਹਿੰਦੁਸਤਾਨ ਦੀ ਭਾਸ਼ਾ 'ਚ ਇੰਗਲਿਸ਼ ਜਾਂ ਹਿੰਦੀ 'ਚ ਉਹਦੀ ਟ੍ਰਾਂਸਲੇਸ਼ਨ ਕਰਵਾਈ, ਜਿੱਥੋਂ ਪਤਾ ਲੱਗਿਆ ਕਿ ਨੌਰਥ ਇੰਡੀਆ ਦੇ ਵਿੱਚ ਕੁਛ ਏਰੀਏ ਨੇ ਜਿਸ ਤਰ੍ਹਾਂ ਸੰਘੋਲ ਹੈ, ਸੰਘੋਲ ਤੋਂ ਬਾਅਦ ਉਧਰਲੇ ਪਾਸੇ ਬਰਾਸ ਹੈ, ਰੋਪੜ ਹੈ, ਢੋਲਵਾਹਾ ਹੈ, ਉੱਚਾ ਪਿੰਡ ਸਨੇਤ ਹੈ ਲੁਧਿਆਣਾ ਜ਼ਿਲ੍ਹੇ 'ਚ, ਇਹਨਾਂ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਕਿਤਾਬ ਦੇ ਮੁੱਖ ਮੱਦੇਨਜ਼ਰ ਜਿਹੜੀ ਹੈਗੀ ਹੈ ਖੁਦਾਈ ਕਰੀ, ਔਰ ਸਾਡੇ ਪਿੰਡ ਦੇ ਵਿੱਚ ਜਿਹੜੀ ਸੰਘੋਲ 'ਚ ਹੈ ਵੱਡੇ ਪੱਧਰ 'ਤੇ ਜਿਹੜੀ ਹੈ ਖੁਦਾਈ ਹੋਈ ਹੈ। ਖੁਦਾਈ ਦੌਰਾਨ ਬਰਤਨ, ਸਿੱਕੇ, ਬਹੁਤ ਚੀਜ਼ਾਂ ਮਿਲੀਆਂ, ਕਿਹੜੇ ਕਿਹੜੇ ਕਾਲਾਂ ਨਾਲ ਸੰਬੰਧਿਤ ਨੇ? ਇਹ ਸਾਰੀਆਂ ਜੀ ਜਿਹੜਾ ਕੁਸ਼ਾਣ ਪੀਰੀਅਡ ਹੈ ਅਤੇ ਆਰੀਅਨ ਪੀਰੀਅਡ ਹੈ, ਮੰਗੋਲ ਪੀਰੀਅਡ ਹੈ, ਦ੍ਰਵਿੜ ਪੀਰੀਅਡ ਹੈ, ਇਹ ਸਾਰੇ ਨਾਲ ਕੰਸਰਨ ਨੇ। ਇਹਨਾਂ ਦੇ ਬਰਤਨ ਵੀ ਨੇ, ਪੋਟਰੀ ਵੀ ਹੈ, ਔਰਤਾਂ ਦੇ ਗਹਿਣੇ ਵੀ ਨੇ, ਉਸ ਸਮੇਂ ਬਰਤਨ ਵਾਲੇ ਜਿਹੜੇ ਮਿੱਟੀ ਦੇ ਭਾਂਡੇ ਨੇ ਉਹ ਵੀ ਨੇ, ਅਤੇ ਸਭ ਤੋਂ ਵੱਡੀ ਤਾਂ ਇਹ ਹੈ ਵੀ ਇੱਕ ਪਿੱਟ ਦੇ ਵਿੱਚੋਂ ਕੁਛ 100 ਕੁਛ ਮੂਰਤੀਆਂ ਨਿਕਲੀਆਂ ਸੀ ਜਿਹੜੀਆਂ ਲਾਲ ਪੱਥਰ ਦੀਆਂ, ਉਹ ਜਿਹੜੀਆਂ ਨੇ ਉਹ ਇੱਕ ਬੜਾ ਕਲਾ ਦਾ ਕੇਂਦਰ ਖਿੱਚ ਬਣਿਆ ਹੋਇਆ, ਸਾਡੇ ਮਿਊਜ਼ੀਅਮ 'ਚ ਰੱਖੀਆਂ ਵੀ ਹੋਈਆਂ ਨੇ ਉਹ। ਸਭ ਤੋਂ ਵੱਧ ਪੀਰੀਅਡ ਕਿਹੜੇ ਕਾਲ ਨੇ ਜਿਹੜਾ ਸਭ ਤੋਂ ਵੱਧ ਲੰਬਾ ਸਮਾਂ ਇਸ ਜਗ੍ਹਾ 'ਤੇ ਕਿਹਨਾਂ ਨੇ ਬਿਤਾਇਆ ਜੀ? ਸਭ ਤੋਂ ਵੱਡਾ ਤਾਂ ਜੀ ਮੇਰਾ ਜਿੱਥੇ ਤੱਕ ਮੈਨੂੰ ਮੇਰੀ ਆਪਣੀ ਨੌਲੇਜ ਆ ਉਹਦੇ ਨਾਲ ਤਾਂ ਸਾਨੂੰ ਕੁਸ਼ਾਣ ਔਰ ਜਿਹੜੇ ਆਰੀਅਨ ਨੇ ਇਹਨਾਂ ਨੇ ਦੋਵਾਂ ਨੇ ਵੱਧ ਪੀਰੀਅਡ ਹੈ, ਦ੍ਰਵਿੜ ਜਿਹੜਾ ਬਹੁਤਾ ਦੇਰ ਨਹੀਂ ਰਹੇ ਉਹਦੇ, ਜੋ ਇਤਿਹਾਸ ਦੱਸਦਾ। ਬੁੱਧਿਜ਼ਮ ਦਾ ਸੈਂਟਰ ਵੀ ਰਿਹਾ? ਬੁੱਧਿਜ਼ਮ ਸੈਂਟਰ ਰਿਹਾ ਜੀ, ਬਿਲਕੁਲ ਰਿਹਾ, ਇਸੇ ਕਰਕੇ ਸਤੂਪ ਨਿਕਲੇ ਨੇ ਇੱਥੇ, ਅਗਰ ਬੁੱਧਿਜ਼ਮ ਦਾ ਸੈਂਟਰ ਰਿਹਾ ਤਾਂ ਹੀ ਸਤੂਪ ਨਿਕਲੇ ਨੇ। ਚਾਈਨੀਜ਼ ਰਾਈਟਰ ਹਿਊਨ ਸਾਂਗ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਬੁੱਧਿਜ਼ਮ ਦੇ ਨਾਲ ਸੰਬੰਧਿਤ ਲੋਕਾਂ ਨੇ ਸਭ ਤੋਂ ਵੱਧ ਸੰਘੋਲ 'ਚ ਰਾਜ ਕਰਿਆ, ਜਿਹਦੇ ਪਰਿਣਾਮ ਸਬੂਤ ਤੁਸੀਂ ਤਸਵੀਰਾਂ ਵਿੱਚ ਵੇਖੇ ਵੀ ਨੇ, ਸੋ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁੱਤੀਆਂ ਸਦੀਆਂ ਦਾ ਗਵਾਹ ਏ ਪਿੰਡ ਸੰਘੋਲ। ਮੇਰੇ ਸਹਿਯੋਗੀ ਕੈਮਰਾਮੈਨ ਕਮਲਜੀਤ ਅਰਨੌਲੀ ਅਤੇ ਜਸਪ੍ਰੀਤ ਸਿੰਘ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ, ਸੰਘੋਲ।